ਜਮਰਤਪਾਲ ਜੀ ਤੁਸੀਂ ਵੀ ਇਸ ਗਲਤਫਹਿਮੀ ਵਿੱਚ ਨਾ ਰਹੋ ਕਿ ਤੁਹਾਡੇ ਕਹਿਣ ਤੇ ਜ세ਦਾਰ ਉੱਥੇ ਅਕਾਲ ਤਖਤ ਦਾ ਉੱਥੇ ਕਥਿਤ ਜ세ਦਾਰ ਉੱਥੇ ਸਰਬਤ ਖਾਲਸਾ ਵਸਾਖੀ ਦੇ ਬੁਲਾ ਲੂਗਾ ਤੇ ਉਹ ਸਰਬਤ ਖਾਲਸਾ ਜਿਹੜੇ ਸਾਰੇ ਫੈਸਲੇ ਲਾਗੂ ਹੋਣਗੇ ਸਰਬਤ ਖਾਲਸਾ ਤੇ ਤੂੰ ਪਹਿਲਾਂ ਵੀ ਹੋਇਆ ਸੀਗਾ ਚੱਬੇ ਦੇ ਵਿੱਚ ਇਹ 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 ਸਰਬਤ ਖਾਲਸਾ ਬੁਲਾਉਣ ਦੀ ਹਸਿਆਤ ਵਿੱਚ ਹੈਗਾ ਜਿਹੜਾ ਬਾਦਲਾਂ ਦੀ ਜੇਬ ਚੋਂ ਨਿਕਲਦਾ ਹੈ ਤੇ ਅਮਿਤ ਸ਼ਾਹ ਦੀ ਛਤਰੀ ਦੇ ਥੱਲੇ ਵਿਚਰਦਾ ਹੈ ਉਹ ਕੰਗ ਨੂੰ ਅਗਵਾਈ ਦੇਗਾ ਕੱਲ ਜਦੋਂ ਤੋਂ ਭਾਈ ਅਮਰਪਾਲ ਸਿੰਘ ਦੀ ਵੀਡੀਓ ਆਈ ਹੈ ਉਸ ਦੀ ਵੀਡੀਓ ਆਉਣ ਤੋਂ ਬਾਅਦ ਮਤਲਬ ਜੋ ਕੁਛ ਉਹਨਾਂ ਨੇ ਕਿਹਾ ਔਰ ਜੋ ਕੁਛ ਮੈਂ ਸੁਣਿਆ ਔਰ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਉਹ ਵਿਚਲਿਤ ਕਰ ਦੇਣ ਵਾਲੀ ਸੀ ਕਿਉਂਕਿ ਭਾਈ ਅਮਰਪਾਲ ਸਿੰਘ ਅੱਜ ਵੀ ਜਿਸ ਤਰ੍ਹਾਂ ਕੌਮ ਨੂੰ ਡਿਕਟੇਟ ਕਰ ਰਿਹਾ ਉਸ ਦੀ ਹਿੰਮਤ ਦੀ ਤਾਂ ਦਾਤ ਦੇਣੀ ਬਣਦੀ ਹੈ ਬਈ ਕਿਉਂਕਿ ਜਿਹੜਾ ਬੰਦਾ ਇੰਨਾ ਕੁਝ ਕਰਵਾ ਕੇ ਸਾਰੀ ਕੌਮ ਦੇ ਮੱਥੇ ਤੇ ਅੱਤਵਾਦ ਦਾ ਲੈਵਲ ਲਵਾ ਕੇ ਸਾਰੀ ਕੌਮ ਨੂੰ ਸੜਕਾਂ ਤੇ ਕਟਾ ਕੇ ਡਾਂਗਾਂ ਨਾਲ ਔਰ ਉਹਨਾਂ ਦੇ ਮੁਕੱਦਮੇ ਬਣਵਾ ਕੇ ਔਰ ਆਪ ਪੁਲਿਸ ਦੀ ਗੱਡੀ ਚੋਂ ਇੰਨੇ ਵੱਡੇ ਘੇਰੇ ਚ ਖਿਸਕ ਜਾਵੇ ਔਰ ਫਿਰ ਕਹਿੰਦਾ ਕੀ ਹੈ ਕਹਿੰਦਾ ਜੀ ਵਾਹਿਗੁਰੂ ਦੀ ਮੇਰੇ ਤੇ ਬਹੁਤ ਬੜੀ ਬਖਸ਼ਿਸ਼ ਹੈ ਕਿ ਮੈਂ ਐਡੇ ਵੱਡੇ ਪੁਲਿਸ ਦੇ ਘੇਰੇ ਚੋਂ ਨਿਕਲ ਗਿਆ ਉਹ ਭਾਈ ਇਹ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੈ ਇਹ ਅੰਮ੍ਰਿਤਸਰ ਦੀ ਬਖਸ਼ਿਸ਼ ਹੈ जिन्ने जिन्ने ਤੈਨੂੰ ਉਸ ਘੇਰੇ ਚੋਂ ਕੱਢ ਕੇ ਲਿਆਂਦਾ ਔਰ ਅੱਜ ਵੀ ਜੂਨ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਕਿਉਂਕਿ ਇਹ ਪਹਿਲੇ ਦਿਨ ਤੋਂ ਸਭ ਨੂੰ ਪਤਾ ਸੀਗਾ ਕਿ ਤੂੰ ਨਾ ਤੇ ਭੱਜਿਆ ਨਾ ਤੂੰ ਕਿਸੇ ਆਸੇ ਪਾਸੇ ਤੂੰ ਪੁਲਿਸ ਕੋਲੇ ਆ ਔਰ ਅੱਜ ਵੀ ਤੂੰ ਜਿੱਥੋਂ ਬੋਲ ਰਿਹਾ ਲੋਕਾਂ ਨੂੰ ਸਾਫ਼ ਸਮਝ ਆਉਂਦੀ ਔਰ ਜੋ ਬੋਲ ਰਿਹਾ ਜੋ ਤੈਨੂੰ ਬੁਲਾਇਆ ਜਾ ਰਿਹਾ ਉਹ ਵੀ ਸਮਝ ਆਣੀ ਤੂੰ ਕਹਿ ਕੀ ਰਿਹਾ ਵੀ ਸਿੱਖ ਕੌਮ ਜਿੱਡੇ ਵੱਡੇ ਸੰਕਟ ਚ ਫਸ ਗਈ ਆ ਉਹ ਸੰਕਟ ਚੋਂ ਅਕਾਲ ਤਖਤ ਦਾ ਜ세ਜ਼ਾਰ ਕੱਢੇ ਕਿਹੜਾ ਜ세ਜ਼ਾਰ ਉਹ ਜਥੇਦਾਰ ਜਿਹੜਾ ਬਾਦਲਾਂ ਦਾ ਤਿੱਤਰ ਜਿਹੜਾ ਬਾਦਲਾਂ ਦੀ ਬੋਲੀ ਬੋਲਦਾ ਜਿਹਨੂੰ ਕੌਮ ਨੇ ਰੱਦ ਕੀਤਾ ਹੋਇਆ ਅੱਜ ਵੇਖੋ ਕਿੰਡਾ ਵੱਡਾ ਮਜਮਾ ਲੱਗਾ ਉਥੇ ਅਕਾਲ ਤਖਤ ਤੇ ਸਾਰੇ ਬਾਦਲ ਨਾਲ ਤੋਕੇ ਫੇਰ ਆ ਕੇ ਬਹਿ ਗਏ ਉਹਨਾਂ ਨੂੰ ਲੱਗਿਆ ਕਿ ਬੱਸ ਬਣ ਗਿਆ ਕੰਮ ਵੀ ਅਮਰਤਪਾਲ ਨੇ ਕਹਿਤਾ ਤੇ ਸਾਨੂੰ ਕੌਮ ਨੇ ਸਵੀਕਾਰ ਕਰ ਲੈ ਇਹ ਭੁਲੇਖਾ ਕੱਢ ਦਿਓ ਆਪਣੇ ਮਨ ਚੋਂ ਇਹ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਜਿਹਦੀਆਂ ਤੁਸੀਂ ਲੱਤਾਂ ਲਗਾਉਣੀਆਂ ਚਾਹੁੰਦੇ ਆਂ ਔਰ ਜਿਹਨੂੰ ਕਹਿੰਦੇ ਆਂ ਤੁਸੀਂ ਅਕਾਲ ਤਖਤ ਦਾ ਜਥੇਦਾਰ ਕੌਮ ਦੀ ਅਗਵਾਈ ਕਰੇ ਔਰ ਸਰਬਤਖਾਲਸਾ ਬਲਾਵੇ ਇਹ 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 ਸਰਬਤਖਾਲਸਾ ਬਣਾਉਣ ਦੀ ਹਸਿਆਤ ਵਿੱਚ ਹੈਗਾ ਜਿਹੜਾ ਬਾਜ਼ਲਾਂ ਦੀ ਜੇਬ ਚੋਂ ਨਿਕਲਦਾ ਹੈ ਤੇ ਅੰਮ੍ਰਿਤਸਰ ਦੀ ਛਤਰੀ ਦੇ ਥੱਲੇ ਵਿਚਰਦਾ ਹੈ ਉਹ ਕੰਮ ਨੂੰ ਅਗਵਾਈ ਦੇਗਾ ਸੋ ਇਹ ਜਿਹੜੀਆਂ ਗੱਲਾਂ ਤੁਸੀਂ ਅੱਜ ਵੀ ਕਰ ਰਹੇ ਹੋ ਨਾ ਇਹ ਹੁਣ ਨਹੀਂ ਚੱਲਣ 6 ਮਹੀਨੇ ਤੁਹਾਡਾ ਚੱਲ ਗਿਆ ਕਿਉਂਕਿ ਜਿਹੜਾ ਜਾਗਰੂਕ ਸੀਗਾ ਸਿੱਖ ਪੰਜਾਬ ਦਾ ਉਹ ਤੁਹਾਡੀ ਇੱਕ ਇੱਕ ਹਰਕਤ ਨੂੰ ਨੋਟ ਕਰ ਰਿਹਾ ਸੀ ਉਸ ਤੋਂ ਚਿੰਤਤ ਸੀਗਾ ਪਰ ਜਿਸ ਤਰ੍ਹਾਂ ਦਾ ਵਹਿਣ ਪੰਜਾਬ ਦੇ ਨੌਜਵਾਨਾਂ ਚ ਵਗਿਆ ਔਰ ਜਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਪਿੱਛੇ ਲਾਮਬੰਦੀ ਕੀਤੀ ਔਰ ਜਿਸ ਤਰ੍ਹਾਂ ਉਹ ਨੌਜਵਾਨਾਂ ਨੂੰ ਤੁਸੀਂ ਉਹਨਾਂ ਦੇ ਗਲ ਪਵਾਉਂਦੇ ਸੀ ਜਿਹੜਾ ਕੋਈ ਬੋਲਦਾ ਸੀਗਾ ਉਹ ਉਸ ਤੋਂ ਘੁਬਰਾ ਕੇ ਚੁੱਪ ਕਰ ਜਾਂਦੇ ਪਰ ਉਸ ਚੁੱਪ ਦਾ ਹੀ ਇਹ ਨਤੀਜਾ ਹੈ ਕਿ ਐਡਾ ਵੱਡਾ ਹਾਦਸਾ ਹੋਇਆ ਵੀ ਕੌਮ ਪੂਰੀ ਦੀ ਪੂਰੀ ਕੌਮ ਜਿਹਦਾ ਅਕਸ਼ 1.5 ਸਾਲ ਲੱਗੇ ਮੋਰਚੇ ਤੋਂ ਬਾਅਦ ਦੁਨੀਆ ਭਰ ਵਿੱਚ ਗੁਰੂ ਨਾਨਕ ਦੇ ਮਿਸ਼ਨ ਨੂੰ ਸਥਾਪਿਤ ਕਰਨ ਵਾਲਾ ਸਾਬਿਤ ਹੋਇਆ ਸੀਗਾ ਤੂੰ 6 ਮਹੀਨਿਆਂ ਦੇ ਵਿੱਚ ਉਸ ਅਖਸ਼ ਨੂੰ ਫਿਰ ਉਸੇ ਥਾਂ ਤੇ ਖੜਾ ਕਰਤਾ ਲਿਆ ਕੇ ਜਿਸ ਥਾਂ ਤੇ ਪਹਿਲਾਂ ਸਾਡੀਆਂ ਸਰਕਾਰਾਂ ਸਾਡੇ ਵਿਰੋਧੀ ਸਾਡੇ ਦੁਸ਼ਮਣ ਨੇ ਖੜਾ ਕੀਤਾ ਸੀ ਪੂਰੀ ਦੁਨੀਆ ਵਿੱਚ ਸਾਨੂੰ ਅੱਤਵਾਦੀ ਸਾਨੂੰ ਵੱਖਵਾਦੀ ਸਾਨੂੰ ਖਾਲਸਤਾਨੀ ਕੀ ਕੀ ਨਹੀਂ ਸਾਡੇ ਕਿਹਾ ਸਾਨੂੰ ਕਿਤਾਬ ਦਿੱਤੇ ਪਰ ਇਸ ਕਿਸਾਨ ਅੰਦੋਲਨ ਨੇ ਉਹ ਸਾਰੇ ਲੇਬਲ ਸਾਡੇ ਤੋਂ ਲਾਹ ਤੇ ਸੀ ਤੇ ਇਹ ਦਿੱਲੀ ਦਰਬਾਰ ਨੂੰ ਹਜਮ ਨਹੀਂ ਸੀ ਆਇਆ ਔਰ ਉਹਨਾਂ ਨੇ ਇਹ ਲੇਬਲ ਦੁਬਾਰਾ ਸਾਡੇ ਮੱਥੇ ਤੇ ਲਾਉਣ ਵਾਸਤੇ ਤੁਹਾਡਾ ਇਸਤੇਮਾਲ ਕੀਤਾ ਔਰ ਤੁਸੀਂ ਉਹੀ ਉਹੀ ਕੁਛ ਕੀਤਾ ਜੋ ਦਿੱਲੀ ਨੂੰ ਨਰਾਸ ਆਉਂਦਾ ਸੀ ਹੁਣ ਇੰਨਾ ਕੁਝ ਕਰਨ ਤੋਂ ਬਾਅਦ ਤੁਸੀਂ ਕਿੱਥੇ ਤੇ ਕਹਿੰਦੇ ਸੀਗੇ ਲੋਕਾਂ ਨੂੰ ਤੇ ਕਹਿੰਦੇ ਸੀਗੇ ਵੀ ਸਿਰ ਦੇਣ ਦੀ ਸਿਰ ਦੇਣ ਲਈ ਤਿਆਰ ਰੋ ਲੋੜ ਪਈ ਤਾਂ ਸਿਰ ਦੇਵਾਂਗੇ ਤੇ ਕਿੱਥੇ ਤੁਸੀਂ ਤੁਸੀਂ ਇੱਕ ਦਮਕਾ ਵੀ ਨਹੀਂ ਚੱਲਿਆ ਕੀ ਹੋ ਜਾਂਦਾ ਵਰਤਵਾਦ ਕਿੱਡਾ ਵੱਡਾ ਕੇਸ ਤੁਹਾਡੇ ਖਿਲਾਫ ਪੈ ਜਾਂਦਾ 307 ਦਾ ਹੀ ਪੈ ਸਕਦਾ ਸੀ ਨਾ ਬੱਤਵਤ ਕੁਝ ਪੈ ਨਹੀਂ ਸੀ ਸਕਦਾ ਹੋਰ ਤਾਂ ਤੁਸੀਂ ਇਹੋ ਜਿਹਾ ਕੁਝ ਕੀਤਾ ਨਹੀਂ ਸੀ ਕਿ ਜਿਹੜਾ ਤੁਹਾਡੇ ਤੇ ਕੋਈ ਹੋਰ ਇਹੋ ਜਿਹਾ ਇਲਜ਼ਾਮ ਲੱਗ ਜਾਂਦਾ ਤੁਸੀਂ ਸਿਰਫ 307 ਦੇ ਕੇਸ ਤੋਂ ਡਰ ਕੇ ਔਰ ਭੱਜ ਗਏ ਸਭ ਕੁਝ ਛੱਡ ਕੇ ਇਹ ਇਹ ਹੁਣ ਤੁਸੀਂ ਇੰਨਾ ਕੁਝ ਕਰਨ ਤੋਂ ਬਾਅਦ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਹਿੰਮਤ ਜਟਾਈ ਹੈ ਕਿ ਕੌਮ ਨੂੰ ਡਿਕਟੇਟ ਕਰੋ ਤੁਸੀਂ ਫੇਰ ਕੌਮ ਨੂੰ ਕਹਿੰਦੇ ਹੋ ਕਿ ਸਾਰੇ ਅਕਾਲ ਤਖਤ ਦੇ ਜਸੇਦਾਰ ਦੇ ਪਿੱਛੇ ਇਕੱਠੇ ਹੋਣ ਔਰ ਸਰਬਤ ਖਾਲਸਾ ਬਣਾਉਣ ਕਿਹੜੇ ਜਥੇਦਾਰ ਦੇ ਪਿੱਛੇ ਜਿਹੜਾ ਬਾਦਲਾਂ ਦਾ ਬਟੇਰਾ ਔਰ ਜਿਹੜਾ ਮਹਾਂ ਸ਼ਾਦੀ ਛਤਰੀ ਦੇ ਥੱਲੇ ਤੁਰਦਾ ਉਸੇ ਕੱਲ ਤੱਕ ਦੇ ਜਥੇਦਾਰ ਦੇ ਸੋ ਇਹ ਗੱਲ ਨਹੀਂ ਚੱਲਣੀ ਆ ਭਾਈ ਕੌਮ ਬਹੁਤ ਕੁੱਟ ਖਾਧੀ ਪਹਿਲਾਂ ਵੀ ਤੇ ਹੁਣ ਵੀ ਤੂੰ ਸਜਰੇ ਜਿਹੜੀਆਂ ਲੜਾਂ ਪਵਾਈਆਂ ਨਾ ਉਹਨੂੰ ਐਡੀ ਛੱਤੀ ਨਹੀਂ ਭੁੱਲਣ ਲੱਗੀ ਤੂੰ ਤੇਰੀ ਮਜਬੂਰੀ ਹੋ ਸਕਦੀ ਹੈ ਤੂੰ ਉਹਨਾਂ ਦੀ ਗ੍ਰਿਫਤ ਹੋ ਸਕਦਾ ਤੂੰ ਉਹਨਾਂ ਦੇ ਦਬਾਅ ਚ ਹੋ ਸਕਦਾ ਤੂੰ ਉਹਨਾਂ ਦਾ ਬੁਲਾਇਆ ਬੋਲ ਸਕਦਾ ਪਰ ਕੌਮ ਦੀ ਐਡੀ ਕੋਈ ਮਜਬੂਰੀ ਨਹੀਂ ਹੈਗੀ ਉਹਮਨੇ ਜਿੱਥੇ ਅੱਗੇ 40 ਸਾਲ ਲੜਿਆ ਹੁਣ ਵੀ ਲੜਨਗੇ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ। ਕਿਉਂਕਿ ਮੈਂ ਜਿਹੜੀ ਉਹ ਵੀਡੀਓ ਸੁਣੀ ਜਿਹੜੀ ਅਕਾਲ ਤਖਤ ਦੇ ਜ세ਜ਼ਾਰ ਨੇ ਜਿਹੜਾ ਪਹਿਲਾਂ ਸੱਦਾ ਦਿੱਤਾ ਸੀ ਤੇ ਇੱਕ ਸਰਕਾਰੀ ਅਧਿਕਾਰੀ ਦੇ ਆਉਣ ਤੋਂ ਬਾਅਦ ਸਾਰਾ ਸੱਦਾ ਹੀ ਬਦਲ ਗਿਆ। ਸਕ੍ਰਿਪਟ ਹੀ ਬਦਲ ਗਈ। ਉਸ ਵਿੱਚ ਜਿਹੜੇ ਲੋਕ ਗਏ, ਜਿਹੜੇ ਲੋਕ ਨਹੀਂ ਗਏ ਉਹ ਵੀ ਬੋਲੇ ਬਾਹਰ। ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਜਿਹੜੀਆਂ ਵਿਰੋਧੀ ਸੁਰਾਂ ਸੀ ਜਿਨ੍ਹਾਂ ਨੇ ਸਹੀ ਗੱਲ ਕਹਿਣੀ ਸੀ ਉਹਨਾਂ ਨੂੰ ਤੇ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ। ਮੇਰੇ ਭਾਈ ਜਸਵੀਰ ਸਿੰਘ ਦੀ ਗੱਲ ਦੀ ਇੱਕ ਗੱਲ ਨੂੰ ਤਾਂ ਕਰੂੰਗਾ ਤਾਰੀਫ਼ ਕਰੂੰਗਾ ਕਿ ਉਹਨਾਂ ਨੇ ਜਿਸ ਤਰ੍ਹਾਂ ਨਾਲ ਅਕਾਲ ਤਖਤ ਦੇ ਜਥੇਦਾਰ ਇਸ ਕਥਿਤ ਜਥੇਦਾਰ ਨੂੰ ਮੁਖਾਤੇ ਬੰਦਿਆ ਕੌਮ ਦਾ ਪੱਖ ਰੱਖਿਆ ਉਹ ਵਾਕਈ ਕਾਬਲੇ ਤਾਰੀਫ਼ ਹੈ ਭਾਈ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਇੱਕ ਗੱਲ ਕਹੀ ਇਸ ਕਥਿਤ ਜਥੇਦਾਰ ਨੂੰ ਕਿ ਜਥੇਦਾਰ ਜੀ ਤੁਸੀਂ ਬੜਕ ਮਾਰੋ ਤੇ ਕੌਮ ਵੇਖਿਓ ਤੁਹਾਡੇ ਮਗਰ ਕਿਵੇਂ ਦੁਰਦੀ ਜੇ ਇਸ ਨਕਲੀ ਜੱਥੇਦਾਰ ਦੀ ਬੜਕ ਮਾਰਿਆ ਕੌਮ ਇਹਦੇ ਮੰਗਰ ਤੁਰਪੂਗੀ ਔਰ ਬਾਦਲਾਂ ਦੇ ਸਾਰੇ ਗੁਨਾਹ ਮਾਫ ਕਰਕੇ ਇਹਦੇ ਪਿੱਛੇ ਲੱਗ ਕੇ ਬਾਦਲਾਂ ਨੂੰ ਫਿਰ ਸੁਰਜੀਤ ਕਰ ਦੂਗੀ ਤੇ ਉਹ ਕੌਮ ਫਿਰ ਤੁਹਾਡੇ ਗੁਨਾਹ ਵੀ ਮਾਫ ਕਰ ਦੂਗੀ ਤੁਸੀਂ ਤੇ ਇਹ ਬਾਦਲਾਂ ਨੇ ਵੱਡੇ ਗੁਨਾਹ ਤੇ ਨਹੀਂ ਨਾ ਕੀਤੇ ਤੇ ਫਿਰ ਤੁਸੀਂ ਕਿਉਂ ਨਹੀਂ ਬੜਕ ਮਾਰਦੇ ਤੁਸੀਂ ਮਾਰੋ ਬੜਕ ਤੁਹਾਡੇ ਪਿੱਛੇ ਤਾਂ ਇੱਕ ਬਹੁਤ ਵੱਡਾ ਇਤਿਹਾਸ ਹੈ ਪਰਿਵਾਰ ਦਾ ਸੰਘਰਸ਼ ਦਾ ਇਤਿਹਾਸ ਹੈ ਔਰ ਉਹ ਜਿੱਦ ਤੋਂ ਤੁਸੀਂ ਬੜਕ ਮੜਵਾਉਣਾ ਚਾਹੁੰਦੇ ਉਹਦੇ ਪਿੱਛੇ ਕੀ ਹੈ ਸਵਾਏ ਬਾਦਲਾਂ ਦੀ ਗੋਲਾਗੇਰੀ ਤੋਂ ਸਵਾਏ ਅਮਿਤਸਰ ਦੀ ਝੰਡੇ ਥੱਲੇ ਤੋਂ ਨੂੰ ਤੋਂ ਤੁਸੀਂ ਉਹਦੇ ਤੋਂ ਕਿਉਂ ਬੜਕ ਮਰਵਾਉਣਾ ਚਾਹੁੰਦੇ ਹੋ ਤੁਸੀਂ ਮਾਰੋ ਬੜਕ ਫਿਰ ਤੇ ਹੋ ਸਕਦਾ ਹੈ ਕਿ ਕੌਮ ਤੁਹਾਨੂੰ ਮਾਫ ਕਰ ਦੇਵੇ ਫਿਰ ਤੁਹਾਡੇ ਨਾਲ ਖੜੀ ਹੋ ਜਵੇ ਕੌਮ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਅੱਜ ਇਸ ਕਰਕੇ ਕਰਨੀਆਂ ਬਣਦੀਆਂ ਕਿ ਕੌਮ ਨੂੰ ਜਿਸ ਵਿਪਤਾ ਦੇ ਮੂੰਹ ਦੇ ਦਿੱਤਾ ਗਿਆ ਸਾਰੀ ਕੌਮ ਨੂੰ ਜਿਸ ਤਰ੍ਹਾਂ ਸੜਕਾਂ ਤੇ ਕਟਾਇਆ ਗਿਆ ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਮੁਕੱਦਮੇ ਬਾਜ਼ੀਆਂ ਕਰਵਾਈਆਂ ਗਈਆਂ ਔਰ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਜਲੀਲ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਵੇਖੋ ਕਹਾਣੀ ਕਿਵੇਂ ਮੋੜਾ ਘੱਟਦੀ ਹੈ ਵੀ ਜੇ ਅਕਾਲ ਤਖਤ ਦੇ ਕਹਿਣ ਤੇ ਸਾਰੇ ਹੀ ਮਕਦਮੇ ਵਾਪਸ ਹੋ ਜਾਣੇ ਸਾਰਿਆਂ ਨੂੰ ਹੀ ਘਰਾਂ ਵਾਪਸ ਆ ਜਾਣਾ ਹੈ ਸਰਕਾਰਾਂ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ਤੇ ਸਭ ਕੁਝ ਕਰ ਦਿੰਦੀਆਂ ਨੇ ਤੇ ਫਿਰ ਇੰਨੀ ਚਿਰਾਂ ਦੇ ਜਿਹੜੇ ਬੰਦੀ ਸਿੱਖ ਆ ਉਹ ਉਹਨਾਂ ਨੂੰ ਜਥੇਦਾਰ ਨੇ ਕਿਉਂ ਨਹੀਂ ਰਿਹਾ ਕਰਵਾਇਆ ਸਰਕਾਰ ਨੂੰ ਕਹਿ ਕੇ ਉਹਨਾਂ ਦਾ ਕੀ ਕਸੂਰ ਉਹ ਤਾਂ ਸਜ਼ਾਵਾ ਭੁਗ ਚੁੱਕੇ ਹਨ ਜੇ ਸਾਡੇ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ਤੇ ਕੇਂਦਰ ਦੀ ਸਰਕਾਰ ਸਾਰੇ ਕਾਲੇ ਕਾਨੂੰਨ ਵੀ ਵਾਪਸ ਲੈ ਲੈਂਦੀ ਆ ਸਾਰੇ ਜਿਹੜੇ ਫੜੇ ਹੋਏ ਸਿੱਖ ਆ ਬੇਗਨਾ ਉਹਨਾਂ ਨੂੰ ਵੀ ਛੱਡ ਦਿੰਦੀ ਆ ਔਰ ਜਿਹੜੇ ਜਿਹੜੇ ਬਾਕੀ ਦੇ ਬੱਚੇ ਆ ਉਹਨਾਂ ਬਾਰੇ ਵੀ ਉਹ ਕਹਿੰਦੇ ਅਸੀਂ ਵਿਚਾਰ ਕਰਾਂਗੇ ਉਹਨਾਂ ਤੋਂ ਵੀ ਮਕਦਮੇ ਵਾਪਸ ਲਏ ਜਾ ਸਕਦੇ ਆ ਤੇ ਫਿਰ ਬੰਦੀ ਸਿੰਘਾਂ ਦੇ ਮਾਮਲੇ 'ਚ ਸਰਕਾਰ ਨੂੰ ਜਿਸਦਾਰ ਇਹ ਕਿਉਂ ਨਹੀਂ ਕਹਿੰਦਾ ਵੀ ਉਹਨਾਂ ਦੇ ਵੀ ਮਾਮਲੇ ਵਾਪਸ ਕਰਾਓ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਦਿੱਲੀ ਦੇ ਦਰਬਾਰ ਨੂੰ ਰਾਸ ਆਉਂਦੀ ਹੈ ਉਹ ਉੱਤੇ ਗੱਲ ਦਿੱਲੀ ਦਰਬਾਰ ਮੰਨਦੀ ਆ ਔਰ ਇਹਦਾ ਕ੍ਰੈਡਿਟ ਆਪਣੇ ਸਤੋਤੈ ਨੂੰ ਦੇਣਾ ਚਾਹੁੰਦੀ ਹੈ ਜਥੇਦਾਰਨ ਸੋ ਐਵੇਂ ਨਹੀਂ ਹੋਣਾ ਫਿਰ ਦੂਜੀ ਗੱਲ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਵੀ ਜੇ ਤੁਹਾਨੂੰ ਸੱਚਮੁੱਚ ਹੀ ਲੱਗਦਾ ਵੀ ਤੁਸੀਂ ਇੰਨੇ ਨਿੱਸਲ ਹੋ ਗਏ ਹੋ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਦਿੱਲੀ ਨਾਲ ਨਹੀਂ ਟਕਰਾ ਸਕਦੇ ਅਮਿਤ ਸ਼ਾਹ ਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ ਮੋਦੀ ਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ ਤੇ ਫਿਰ ਗੋਲਿਆਂ ਦੇ ਗੋਲੇ ਬਣਨ ਦੀ ਕੀ ਲੋੜ ਹੈ ਭਾਜੀਪੀ ਜੁਆਇਨ ਕਰ ਲਓ ਫਿਰ ਉਹਨਾਂ ਨੂੰ ਕਹੋ ਵੀ ਅਸੀਂ ਬਾਦਲ ਵੀ ਵੇਖ ਲਈ ਕਾਂਗਰਸ ਵੀ ਵੇਖ ਲਈ ਔਰ ਨਵੇਂ ਲਿਆਂਦੇ ਸੀ ਜਿਹੜੇ ਇਹ ਵੀ ਵੇਖ ਲੇ ਤੇ ਆਓ ਅਸੀਂ ਇੱਕ ਵਾਰੀ ਤੁਹਾਨੂੰ ਵੀ ਵੇਖ ਲੈਂਦੇ ਫਿਰ ਉਹਨਾਂ ਨੂੰ ਵੀ ਵੇਖ ਲਓ ਜੇ ਤੁਸੀਂ ਸਿੱਧੇ ਤੌਰ ਤੇ ਬੀਜੇਪੀ ਨੂੰ ਇੱਕ ਮੌਕਾ ਦੇ ਕੇ ਉਹਨੂੰ ਕਹਿੰਦੇ ਵੀ ਆਓ ਅਸੀਂ ਤੁਹਾਨੂੰ ਵੀ ਇੱਕ ਮੌਕਾ ਦਿੰਦੇ ਆ ਤੇ ਕਮ ਸੇ ਕਮ ਬੀਜੇਪੀ ਤੇ ਜਵਾਬ ਦੇਈ ਤੇ ਬਣੂਗੀ ਨਾ ਤੁਹਾਡੇ ਤੁਹਾਡੇ ਮਸਲਿਆਂ ਤੇ ਬੀਜੇਪੀ ਬੋਲੂਗੀ ਤੇ ਸਹੀ ਨਾ ਪੰਜਾਬ ਦੇ ਮੁੱਦਿਆਂ ਤੇ ਬੀਜੇਪੀ ਜਵਾਬ ਤਾਂ ਦੇਊਗੀ ਨਾ ਹੁਣ ਜਵਾਬ ਦੇਣ ਲਈ ਤੇ ਅੱਗੇ ਬਾਦਲ ਤੇ ਉਹਦਾ ਫਾਇਦਾ ਚੁੱਕਣ ਲਈ ਬੀਜੇਪੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਮਝਣੀਆਂ ਪੈਣਗੀਆਂ ਤਾਂ ਸੀ ਇਸ ਕ੍ਰੈਸਿਸ ਤੋਂ ਨਿਕਲ ਸਕਣਾ ਨਹੀਂ ਤੇ ਰੋਜ਼ ਕੋਈ ਨਾ ਕੋਈ ਅਮਰਤਪਾਲ ਆਉਂਦਾ ਰਹੂਗਾ ਇਹ ਵੈਕਿਊਮ ਐਵੇਂ ਬਣਿਆ ਰਹੂਗਾ ਔਰ ਬੀਜੇਪੀ ਉਹੀ ਖੇਡ ਖੇਡਦੀ ਰਹੂਗੀ ਜਿਹੜੀ ਅੱਗੇ ਪਹਿਲਾਂ ਕਾਂਗਰਸ ਨੇ ਖੇਡੀ ਔਰ ਫਿਰ ਹੁਣ ਲੰਮੇ ਸਮੇਂ ਤੋਂ ਬੀਜੇਪੀ ਖੇਡ ਰਹੀ ਹੈ ਬੀਜੇਪੀ ਦੀ ਪੂਰੀ ਕੋਸ਼ਿਸ਼ ਹੈ ਕਿਉਂਕਿ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸਾਡੇ ਪੈਰ ਬਾਦਲਾਂ ਤੋਂ ਬਗੈਰ ਨਹੀਂ ਲੱਗਣੇ ਪੰਜਾਬ 'ਚ ਉਹ ਬਾਦਲਾਂ ਨੂੰ ਦੁਬਾਰਾ ਰਿਵਾਈਵ ਕਰਵਾਉਣਾ ਚਾਹੁੰਦੀ ਹੈ ਹੁਣ ਤੁਸੀਂ ਕੱਲ ਦਾ ਸਾਰਾ ਵੇਖੋ ਐਪੀਸੋਡ ਵੇਖੋ ਕੱਲ ਪੀਟੀਸੀ న్యూਸ ਤੇ ਜਿਸ ਤਰ੍ਹਾਂ ਨਾਲ ਅਮਰਤਪਾਲ ਨੂੰ ਪ੍ਰੋਜੈਕਟ ਔਰ ਉਸ ਤੋਂ ਪਹਿਲਾਂ ਦੇ ਤੁਸੀਂ ਇਹਨਾਂ ਦੇ ਬਿਆਨ ਵੇਖ ਲਓ ਸੁਖਵੀਰ ਬਾਦਲ ਦੇ ਬਿਆਨ ਵੇਖ ਲਓ ਤੁਸੀਂ ਮਜੀਠੀਆ ਦੇ ਬਿਆਨ ਵੇਖ ਲਓ ਜਿਹੜਾ ਕਹਿੰਦਾ ਸੇ ਸਾਨੂੰ ਸਾਨੂੰ ਦਸਾਂ ਦਿਨਾਂ ਚ ਅਸੀਂ ਗੱਜ ਵਰਗਾ ਕਰ ਦਾਂਗੇ ਕਿ ਉਹਨਾਂ ਲਈ ਹੁਣ ਪਾਈ ਅਮਰ ਪਾਲ ਹੋ ਗਿਆ ਔਰ ਉਹਨਾਂ ਲਈ ਉਹ ਕੌਮ ਦਾ ਵੱਡਾ 10000 ਜਨਹਿਲ ਹੋ ਗਿਆ ਸੋ ਇਸ ਤਰ੍ਹਾਂ ਅੱਖੀਂ ਘਟਣਾ ਨਾ ਪਾਉ ਪਈ ਐਵੇਂ ਅੱਖੀਂ ਘਟਾ ਪੈਣਾ ਨਹੀਂ ਕੌਮ ਨੇ ਬਹੁਤ ਸਫਰ ਕੀਤਾ ਕੌਮ ਨੇ ਬਹੁਤ ਮਾਰ ਖਾਧੀ ਹੈ ਔਰ 40 ਸਾਲ ਜਿਹੜਾ ਤੁਸੀਂ ਕੌਮ ਨੂੰ ਰੋਲਿਆ ਹੈ ਔਰ ਤੁਸੀਂ ਜਿਸ ਤਰ੍ਹਾਂ ਕੌਮ ਦਾ ਅਪਮਾਨ ਕੀਤਾ ਉਹ ਦੁਬਾਰਾ ਤੁਹਾਨੂੰ ਸਤਕਾਰ ਨਹੀਂ ਕਰਨ ਲੱਗੀ ਇਸ ਲਈ ਇਸ ਗਲਤਫਹਿਮੀ ਵਿੱਚ ਨਾ ਰਹੋ ਤੇ ਅਮਰਤਪਾਲ ਜੀ ਤੁਸੀਂ ਵੀ ਇਸ ਗਲਤਫਹਿਮੀ ਵਿੱਚ ਨਾ ਰਹੋ ਕਿ ਤੁਹਾਡੇ ਕਹਿਣ ਤੇ ਜਸੇਦਾਰ ਉੱਥੇ ਹੈ ਅਕਾਲ ਤਖਤ ਦਾ ਉੱਥੇ ਕਥਿਤ ਜਸੇਦਾਰ ਉੱਥੇ ਸਰਬਤ ਖਾਲਸਾ ਵਸਾਖੀ ਦੇ ਬਲਾ ਲੂਗਾ ਤਾਂ ਉਹ ਸਰਬਤ ਖਾਲਸਾ ਜਿਹੜੇ ਸਾਰੇ ਫੈਸਲੇ ਲਾਗੂ ਹੋ ਜਾਣਗੇ ਸਰਬਤ ਖਾਲਸਾ ਤੇ ਤੂੰ ਪਹਿਲਾਂ ਵੀ ਹੋਇਆ ਸੀਗਾ ਚੱਬੇ ਦੇ ਵਿੱਚ